ਅੱਜ ਇੱਕ ਬਹੁਤ ਮਹੱਤਵਪੂਰਨ ਸੂਚਨਾ ਆਈ ਆ ਕਿ ਫੈਡਰਲ ਸਰਕਾਰ ਕੈਨੇਡਾ ਦੇ ਵਿੱਚ ਅਨਾਉਂਸ ਕਰਨ ਜਾ ਰਹੀ ਆ ਹੋ ਸਕਦਾ ਕੱਲ ਨੂੰ ਇਹ ਅਨਾਉਂਸਮੈਂਟ ਆ ਜਵੇ ਪਰ ਸੂਤਰ ਖਬਰਾਂ ਪਹਿਲਾਂ ਦੱਸ ਰਹੇ ਆ ਕਿ ਹੁਣ ਕੈਨੇਡਾ ਦੇ ਵਿੱਚ ਪਹੁੰਚਣ ਦੇ ਲਈ ਪ੍ਰੀ ਅਰਾਈਵਲ ਕੋਵਿਡ-19 ਦੇ ਟੈਸਟ ਦੀ ਲੋੜ ਨਹੀਂ ਆ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ ਦੀ ਪੈਂਡੇਮਿਕ ਸ਼ੁਰੂ ਹੋਈ ਆ ਕੈਨੇਡਾ ਦੇ ਵਿੱਚ ਦਾਖਲ ਹੋਣ ਦੇ ਲਈ ਕਈ ਤਰ੍ਹਾਂ ਦੀਆਂ ਰਿਕੁਆਇਰਮੈਂਟਸ ਸੀਗੀਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਸੀਗੀਆਂ ਕੋਵਿਡ ਟੈਸਟ ਦੇ ਉੱਤੇ ਵੀ ਇੱਕ ਇਹ ਸ਼ਰਤ ਸੀਗੀ ਕਿ ਜਦੋਂ ਤੁਸੀਂ ਆਉਣਾ ਆ ਜਿੱਥੋਂ ਫਲਾਈਟ ਲੈ ਰਹੇ ਹੋ ਉੱਥੇ ਇੰਨਾ ਸਮਾਂ ਪਹਿਲਾਂ ਤੁਹਾਡਾ ਕੋਵਿਡ 19 ਦਾ ਮੋਲੀਕੂਲਰ ਟੈਸਟ ਹੋਇਆ ਹੋਣਾ ਚਾਹੀਦਾ ਤੇ ਉਹ ਇੱਥੇ ਆ ਕੇ ਉਹਦੇ ਤੋਂ ਬਾਅਦ ਹੀ ਤੁਸੀਂ ਟਰੈਵਲ ਕਰ ਸਕਦੇ ਹੋ ਤੇ ਫਿਰ ਇੱਥੇ ਆ ਕੇ ਉਹਨੂੰ ਚੈੱਕ ਕੀਤਾ ਜਾਂਦਾ ਸੀ ਜਿਹੜੇ ਸੋਰਸਸ ਨੇ ਉਹ ਇਸ ਵੇਲੇ ਦੱਸ ਰਹੇ ਆ ਕਿ ਕੈਨੇਡਾ ਇਸ ਟੈਸਟਿੰਗ ਰਿਕੁਆਇਰਮੈਂਟ ਨੂੰ 에ਅਰਪੋਰਟ ਦੇ ਉੱਤੇ ਤੇ ਲੈਂਡ ਬਾਰਡਰ ਕਰਾਸਿੰਗ ਦੇ ਉੱਤੇ ਹਟਾ ਰਿਹਾ ਆ ਅਜੇ ਅਨਾਉਂਸ ਨਹੀਂ ਹੋਇਆ ਪਰ ਲੱਗਦਾ ਹੈ ਕਿ ਕੱਲ ਤੱਕ ਇਹ ਅਨਾਉਂਸਮੈਂਟ ਹੋ ਜਾਊਗੀ। ਇਸ ਵੇਲੇ ਤੁਹਾਨੂੰ ਪਤਾ ਹੈ ਕਿ ਜਿਹੜੇ ट्रैवलर्स ਨੇ ਜਿਹੜਾ ਵੀ ਦੇਸ਼ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਆਉਂਦਾ ਹੈ ਉਹਨੂੰ ਪ੍ਰੂਫ ਦੇਣਾ ਪੈਂਦਾ ਨੈਗੇਟਿਵ ਐਂਟੀਜਨ ਜਾਂ ਮੋਲੀਕੂਲਰ ਟੈਸਟ ਦਾ ਪਹਿਲਾ ਮੋਲੀਕੂਲਰ ਟੈਸਟ ਹੁੰਦਾ ਸੀ ਫਿਰ ਰੀਪ੍ਰੋ ਟੈਸਟ ਨੂੰ ਵੀ ਮਾਨਤਾ ਦੇ ਦਿੱਤੀ ਸੀ। ਔਰ ਉਹ ਵੀ ਇੱਕ ਦਿਨ ਫਲਾਈਟ ਦੇ ਵਿੱਚ ਵਿੱਚ ਤੇ ਜਾਂ ਜਦੋਂ ਤੁਸੀਂ ਬਾਰਡਰ ਦੇ ਉੱਤੇ ਆਉਣੇ ਆ ਟੈਸਟਿੰਗ ਰਿਕੁਆਇਰਮੈਂਟ ਇਸ ਮਹੀਨੇ ਦੇ ਆਖਰ ਵਿੱਚ ਡ੍ਰੌਪ ਕਰਨ ਬਾਰੇ ਸਰਕਾਰ ਸੋਚ ਰਹੀ ਹੈ ਤੇ ਜਿਹਦੀ ਅਨਾਉਂਸਮੈਂਟ ਕੱਲ ਨੂੰ ਹੋਣ ਦੀ ਆਸ ਹੈ 2 ਸਾਲ ਤੋਂ ਵੱਧ ਸਮੇਂ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਹੈ ਫੈਡਰਲ ਸਰਕਾਰ ਰੈਂਡਮਲੀ ਟੈਸਟਿੰਗ ਨੂੰ ਕੰਟੀਨਿਊ ਕਰੂਗੀ ਭਾਵੇਂ ਜਦੋਂ ਤੁਸੀਂ ਕੈਨੇਡਾ ਦੇ ਵਿੱਚ 에어ਪੋਰਟ ਦੇ ਉੱਤੇ ਪਹੁੰਚ ਜਾਂਦੇ ਹੋ ਉਹਦੇ ਤੋਂ ਬਾਅਦ ਤੁਹਾਡਾ ਜਿਹੜਾ ਟੈਸਟ ਆ ਰੈਂਡਮਲੀ ਕਿਸੇ ਨੂੰ ਵੀ ਉਹ ਸਾਰਿਆਂ ਦੇ ਵਿੱਚੋਂ ਕੀਤਾ ਜਾ ਸਕਦਾ ਇੱਥੇ ਇਹ ਵੀ ਹੈ ਉਹ ਇਸ ਕਰਕੇ ਕਿ ਉਹ ਵੇਰੀਐਂਟਸ ਨੂੰ ਟਰੈਕ ਕਰਨਾ ਚਾਹੁੰਦੇ ਆ ਜਿੱਥੇ ਪਹਿਲੇ ਓਮਿਕਰੋਨ ਵੇਰੀਐਂਟ बीए.1 ਕਿਹਾ ਜਾ ਰਿਹਾ ਸੀ ਹੁਣ बीए.2 ਬਹੁਤ ਖਤਰਨਾਕ ਰੂਪ ਦੇ ਵਿੱਚ ਫੈਲ ਰਿਹਾ ਚੀਨ ਦੇ ਵਿੱਚ ਬਹੁਤ ਸਖਤ ਲੋਕਡਾਊਨ ਲੱਗਾ ਹੈ ਉਹਨਾਂ ਦੀ ਜ਼ੀਰੋ ਟੋਲਰੈਂਸ ਪਾਲਿਸੀ ਕਰਕੇ ਇੱਥੇ ਵੀ ਟਰੈਕ ਰੱਖਿਆ ਜਾ ਰਿਹਾ ਹੈ ਕਿ ਕਿਹੜਾ ਵੇਰੀਐਂਟ ਕਿਧਰਲੇ ਪਾਸਿਓਂ ਆ ਰਿਹਾ ਕੈਨੇਡਾ ਨੇ ਇਹਦੇ ਲਈ ਸਰਕਾਰ ਜਿਹੜੀ ਆ ਉਹਨਾਂ ਨੇ ਮਿਲੀਅਨਸ ਆਫ ਡਾਲਰਸ ਇਹਦੇ ਉੱਤੇ ਰੈਂਡਮਲੀ ਟੈਸਟਿੰਗ ਦੇ ਉੱਤੇ ਲਾਏ ਆ ਟਰੈਵਲ ਇੰਡਸਟਰੀ ਬਹੁਤ ਲੰਬੇ ਸਮੇਂ ਤੋਂ ਲੋਬੀ ਕਰ ਰਹੀ ਸੀ ਇਸ ਗੱਲ ਦੀ ਮੰਗ ਕਰ ਰਹੀ ਸੀ ਇਕੱਠੇ ਹੋ ਕੇ ਸਰਕਾਰ ਨੂੰ ਕਹਿ ਰਹੇ ਸੀ ਕਿਹੜੀਆਂ ਯਾਤਰਾ ਦੀਆਂ ਪਾਬੰਦੀਆਂ ਹਨ ਉਹਨਾਂ ਨੂੰ ਚੱਕ ਦਿਓ ਜਿੰਨੀ ਜਲਦੀ ਤੁਸੀਂ ਯਾਤਰਾ ਦੀਆਂ ਪਾਬੰਦੀਆਂ ਚੱਕੋਗੇ ਓਨੇ ਜ਼ਿਆਦਾ ਲੋਕ ਟਰੈਵਲ ਕਰਨਗੇ ਤੇ ਸਾਨੂੰ ਫਾਇਦਾ ਹੋਊਗਾ ਜਿਹੜੀ ਇਕਨੋਮੀ ਆ ਉਹ ਅੱਗੇ ਚੱਲੂਗੀ ਤੇ ਟਰੈਵਲ ਇੰਡਸਟਰੀ ਦੁਬਾਰਾ ਜਿਹੜੀ ਆ ਉਹ ਆਪਣੀ ਲੀਹ ਦੇ ਉੱਤੇ ਆਊਗੀ ਦੂਜੀ ਗੱਲ ਲੋਕਾਂ ਦੀ ਜੇਬ ਦੇ ਉੱਤੇ ਵੀ ਬਹੁਤ ਅਸਰ ਪੈਂਦਾ ਸੀ ਕੋਵਿਡ-19 ਦਾ ਟੈਸਟ ਕਰਾਉਣ ਦੇ ਲਈ ਕਈ ਥਾਵਾਂ ਦੇ ਉੱਤੇ 200 ਡਾਲਰ ਤੱਕ ਇੱਕ ਜਣੇ ਦਾ ਲੱਗਦਾ ਸੀ ਐਂਟੀਜਨ ਟੈਸਟ ਦੇ ਲਈ 100 ਲੱਗਦਾ ਸੀ ਤੇ ਪੀਸੀਆਰ ਦੇ ਲਈ 200 ਡਾਲਰ ਤੱਕ ਲੱਗ ਜਾਂਦਾ ਸੀ ਜਿਹੜੇ ਸੋ ਇਹ ਜਿਹੜੇ ਇੱਕ ਇੰਡਸਟਰੀ ਗਰੁੱਪ ਆ ਕੈਨੇਡੀਅਨ ਟਰੈਵਲ ਐਂਡ ਟੂਰਿਜ਼ਮ ਰਾਉਂਡ ਟੇਬਲ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਇਹ ਟੈਸਟਿੰਗ ਦੀ ਲੋਡ ਆ ਜਿਹੜੀ ਦੱਸੀ ਜਾ ਰਹੀ ਵੀ ਇਹ ਨੌਨ ਸੈਂਟਿਫਿਕ ਆ ਇਹਦਾ ਕੋਈ ਵਿਗਿਆਨਿਕ ਆਧਾਰ ਨਹੀਂ ਆ ਜਦੋਂ ਇੱਕ ਵਾਰੀ ਓਮੀਕਰੋਨ ਸਾਰੇ ਫੈਲ ਚੁੱਕਿਆ ਤਾਂ ਹੁਣ ਕਿਹੜਾ ਵੇਰੀਐਂਟ ਜਿਹੜਾ ਤੁਸੀਂ ਰੋਕ ਰਹੇ ਆ ਦੂਜਿਆਂ ਦੇ ਨਾਲ ਪਹਿਲਾਂ ਜਿਹੜਾ ਯੂਨਾਈਟਿਡ ਕਿੰਗਡਮ ਡੈਨਮਾਰਕ ਸਵਿਟਜ਼ਰਲੈਂਡ ਆਇਰਲੈਂਡ ਇਹ ਸਾਰੇ ਦੇਸ਼ ਹੈਗੇ ਪਹਿਲਾਂ ਟੈਸਟਿੰਗ ਰਿਕੁਆਇਰਮੈਂਟ ਨੂੰ ਇਹ ਰੋਕ ਚੁੱਕੇ ਆ ਤੇ ਹੁਣ ਜਿਹੜਾ ਇਹ ਇੱਥੇ ਵੀ ਦੱਸਿਆ ਸੀ ਕੈਨੇਡਾ ਨੂੰ ਵੀ ਇਹ ਰੋਕ ਦੇਣੀ ਚਾਹੀਦੀ ਆ ਸੋ ਜੇ ਕੱਲ ਨੂੰ ਅਨਾਉਂਸਮੈਂਟ ਹੋ ਜਾਂਦੀ ਆ ਤਾਂ ਇਸ ਮਹੀਨੇ ਦੇ ਆਖਰ ਦੇ ਵਿੱਚ ਇਹ ਰਿਕੁਆਇਰਮੈਂਟ ਇਥੋਂ ਚੱਕ ਦਿੱਤੀ ਜਾਊਗੀ ਜਿਹੜੇ ਇਨਫੈਕਸ਼ੀਅਸ ਡੀਜ਼ ਐਕਸਪਰਟ ਨੇ ਉਹ ਦੱਸ ਰਹੇ ਆ ਕਿ ਇਹਦੇ ਉੱਤੇ ਜਲਦੀ ਜਿਹੜਾ ਫੈਸਲਾ ਆ ਸਕਦਾ ਆ ਜਿਹੜੀ ਵੈਕਸੀਨ ਮੰਡੇਟ ਹੈਗਾ ਲੋਕਲ ਇਥੇ ਡੋਮੈਸਟਿਕ ਟਰੈਵਲ ਕਰਨ ਜਾਂ ਇੰਟਰਨੈਸ਼ਨਲ ਫਲਾਈਟਸ ਦੇ ਲਈ ਜਾਂ ਵੀਆਰਐਲ ਦੇ ਲਈ ਜਾਂ ਜਿਹੜਾ ਰੌਕੀ ਮਾਊਂਟੇਨਰ ਟ੍ਰੇਨਸ ਆ ਕਰੂਜ਼ ਸ਼ਿਪ ਆ ਉਹ ਐਸੇ ਤਰ੍ਹਾਂ ਰਹੂਗਾ ਜਿਸ ਤਰ੍ਹਾਂ ਇਸ ਵੇਲੇ ਚੱਲ ਰਿਹਾ ਆ ਸੋ ਪਿਛਲੇ ਜੇ ਵੀ ਸਰਕਾਰ ਨੇ ਆਪਣੇ ਰੂਲ ਚੇਂਜ ਕੀਤੇ ਸੀ ਜਿਹੜੇ ਵੀ ਕੈਨੇਡਾ ਦੇ ਵਿੱਚ ਆ ਰਹੇ ਆ ਉਹਨਾਂ ਨੂੰ ਜਿਹੜਾ 네ਗੇਟਿਵ ਰੈਪਿਡ ਐਂਟੀਜਨ ਟੈਸਟ ਦੇ ਨਾਲ ਹੀ ਉਹਨਾਂ ਦਾ ਸਰ ਜਾਂਦਾ ਸੀ ਪਹਿਲਾਂ ਮੋਲੀਕੂਲਰ ਟੈਸਟ ਕਰਾਉਣਾ ਪੈਂਦਾ ਸੀ ਪਰ ਹੁਣ ਉਹਨਾਂ ਨੇ ਕਹੇ ਸੀ ਕਿ ਰੈਪਿਡ ਐਂਟੀਜਨ ਟੈਸਟ ਕਰਵਾ ਕੇ ਤੁਸੀਂ ਇੱਥੇ ਆ ਸਕਦੇ ਆ ਤੇ ਫਰਵਰੀ 28 ਤੋਂ ਜਿਹੜੇ ਅਨ ਵੈਕਸੀਨੇਟਿਡ ਬੱਚੇ ਨੇ ਜਿਨ੍ਹਾਂ ਦੀ ਉਮਰ 12 ਸਾਲ ਤੋਂ ਥੱਲੇ ਆ ਉਹ ਕੈਨੇਡਾ ਦੇ ਵਿੱਚ ਜੇਕਰ ਆਉਂਦੇ ਆ ਤਾਂ ਉਹਨਾਂ ਨੂੰ ਕੈਨੇਡਾ ਵਿੱਚ ਆਉਣ ਤੋਂ ਬਾਅਦ ਜਿਹੜਾ ਕਿਹਾ ਜਾਂਦਾ ਸੀ ਪਹਿਲਾਂ ਕਿ ਡੇ ਕੇਅਰ ਸਕੂਲ ਜਾਂ ਦੂਜੀਆਂ ਭੀੜ ਵਾਲੀਆਂ ਥਾਵਾਂ ਨੂੰ 2 ਹਫ਼ਤੇ ਵਾਰਡ ਕਰੋ ਉਹ ਵੀ ਖਤਮ ਹੋ ਚੁੱਕੀ ਆ ਤੇ ਹੁਣ ਉਡੀਕ ਕੀਤੀ ਜਾ ਰਹੀ ਹੈ ਕਿ ਕੱਲ ਨੂੰ ਇਹ ਅਨਾਊਂਸਮੈਂਟ ਆਉਦੀ ਆ ਤੇ ਕੋਵਿਡ-19 ਦੇ ਟੈਸਟ ਦੀ ਰਿਕੁਆਇਰਮੈਂਟ ਵੀ ਹਟ ਜਾਂਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ